ਕੰਨਾਂ ਨਾਲ ਰਾਤ ਨੂੰ ਜਿਹੜਾ ਧਿਆਨ ਦਿੱਤਾ, ਇਹ ਦੇਸ਼ ਦੇ ਵਿੱਚ ਜਿਹੜੀ ਬਣੀ ਹੋਈ ਸ਼ਾਂਤੀ ਹੈ, ਉਹਨੇ ਹੁਣ ਤੱਕ ਬੜੇ ਹੱਥ ਕੰਡੇ ਬਣਾਏ ਨੇ। ਉਹਨੇ ਐਮਰਜੈਂਸੀ ਜਿਹੜੀ ਫਿਲਮ ਬਣਾਈ ਉਹਦੇ 'ਤੇ ਵੀ, ਉਹਨੇ ਚੱਲਦੇ ਕਿਸਾਨ ਅੰਦੋਲਨ ਦੇ ਵਿੱਚ ਪਹਿਲਾਂ ਵੀ ਸਾਡੀਆਂ ਧੀਆਂ ਭੈਣਾਂ ਦੇ ਖਿਲਾਫ਼ ਬੋਲੀ ਤੀ, 100-100 ਰੁਪਏ ਦੇ ਦਿਹਾੜੀ ਦਿੰਦੀਆਂ ਨੇ। ਉਸ ਤੋਂ ਬਾਅਦ ਵੀ ਉਹ ਬਹੁਤ ਕੁਛ ਬੋਲ ਰਹੀ ਆ ਅਤੇ ਉਹਦਾ ਅੱਗੇ ਖਮਿਆਜ਼ਾ ਨੂੰ ਭੁਗਤਣਾ ਵੀ ਪਿਆ, ਪਰ ਮੇਰਾ ਖਿਆਲ ਹੈ ਕਿ ਉਹਦੀ ਤਸੱਲੀ ਨਹੀਂ ਹੋਈ। ਇਹ ਕੰਗਨਾ ਰਣੌਤ ਜਿਹੜੀ ਆ ਇਹ ਬੀਜੇਪੀ ਦੀ ਬਲਾਈ ਬੋਲ ਰਹੀ ਹੈ ਔਰ ਇਹ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਜਿਹੜੀ ਆ ਸ਼ਾਂਤੀ ਨਹੀਂ ਰਹਿਣੀ ਚਾਹੀਦੀ, ਦੇਸ਼ ਦਾ ਮਾਹੌਲ ਜਿਹੜਾ ਇੱਥੇ ਅੱਗ ਲੱਗਣੀ ਚਾਹੀਦੀ ਆ, ਸਾੜ ਫੂਕ ਕਤਲੋ ਗਾਰਤ ਹੋਣੀ ਚਾਹੀਦੀ ਆ, ਤਾਂ ਕਰਕੇ ਇਸ ਤਰ੍ਹਾਂ ਦੇ ਜਿਹੜੇ ਬਿਆਨ ਜਿਹੜੇ ਆ ਇਹ ਕੰਗਨਾ ਰਣੌਤ ਦੇ ਦਿੱਤੇ। ਸਾਢੇ 700 ਕਿਸਾਨ ਜਿਹੜਾ ਉਸ ਟਾਈਮ ਦੇ ਉੱਤੇ ਸ਼ਹੀਦ ਹੋਇਆ, ਸਾਡਾ ਖਰਚ ਕਿੰਨਾ ਹੋਇਆ, ਅਸੀਂ ਕਿਸ ਤਰ੍ਹਾਂ ਉੱਥੇ ਤੂਫਾਨ ਦੇ ਵਿੱਚ ਜਿਹੜੇ ਕਿੰਨੇ ਬੰਦੇ ਸਾਡੇ ਜਿਹੜੇ ਉਹ ਜ਼ਖਮੀ ਹੋਏ, ਕਿੰਨੇ ਅੱਜ ਵੀ ਸਾਡੇ ਕਈ ਲੜਕੇ ਜਿਹੜੇ ਨੇ ਜਿਹੜੇ ਉਹ ਬੰਜੀ ਦੇ ਉੱਤੇ ਰੋਲ ਰਹੇ ਨੇ, ਜਿਹਦੀ ਆਹ ਜਿਹੜੀ ਹੈਗੀ ਆ ਡਿਸਕ ਦੀ ਪ੍ਰੋਬਲਮ ਜਿਹਨਾਂ ਨੂੰ ਆ ਗਈ, ਜਾਂ ਕਈਆਂ ਨੂੰ ਹੋਰ ਚੀਜ਼ਾਂ ਜਿਹੜੀਆਂ ਮਤਲਬ ਕਿ ਆ ਗਈਆਂ, ਆਹ ਜਿਹੜਾ ਹੁਣ ਅੰਦੋਲਨ ਚੱਲ ਰਿਹਾ ਇਹਦੇ ਵਿੱਚ ਸ਼ੁਭ ਕਰਨ ਦਾ ਕਤਲ, ਇਹਦੇ 'ਚ ਪ੍ਰਿੰਤਪਾਲ ਸਿੰਘ ਨੂੰ ਬੋਰੇ 'ਚ ਪਾ ਕੇ ਹਰਿਆਣੇ ਦੇ ਗੁੰਡੇ ਪੁਲਿਸ ਵਾਲਿਆਂ ਵੱਲੋਂ ਲੈ ਜਾਣਾ, ਉਹਦੀ ਹਾਲਤ ਕਰਨੀ, ਇਹਨਾਂ ਹਾਲਾਤਾਂ 'ਚੋਂ ਅਸੀਂ ਗੁਜ਼ਰ ਰਹੇ ਹਾਂ ਅਤੇ ਮੰਨੀਆਂ ਹੋਈਆਂ ਮੰਗਾਂ ਅਸੀਂ ਮਨਾਉਣ ਵਾਸਤੇ ਗਏ ਸਾਂ ਅਤੇ ਸਾਡੇ ਵੱਲ ਤਾਂ ਇਹ ਕਹਿੰਦੇ ਨੇ ਵੀ ਅੱਜ ਵੀ ਜਿਹੜੇ ਆ ਇਹ ਕਾਲੇ ਜਿਹੜੇ ਕਾਲੇ ਕਾਨੂੰਨ ਰੱਦ ਕਰਾਏ ਸੀ ਇਹ ਕਹਿੰਦੇ ਆ ਲਾਗੂ ਹੋਣੇ ਚਾਹੀਦੇ ਆ, ਔਰ ਇੱਕ ਗੱਲ ਹੋਰ ਕਹਿੰਦੀ ਹੈ, ਕਹਿੰਦੀ ਕਿਸਾਨਾਂ ਨੂੰ ਮੰਗ ਕਰਨੀ ਚਾਹੀਦੀ ਆ, ਤੂੰ ਕੌਣ ਹੈ ਵੀ ਕਿਸਾਨਾਂ ਨੂੰ ਰਾਏ ਦੇਣ ਵਾਲੀ। ਸੋ ਮੇਰਾ ਮਤਲਬ ਕਹਿਣ ਤੋਂ ਭਾਵ ਆ ਵੀ ਇਹ ਕੰਗਨਾ ਰਣੌਤ ਇੱਕ ਉਹ ਔਰਤ ਆ, ਇਹਨੇ ਹੋਰ ਵੀ ਬੜੇ ਇਲਜ਼ਾਮ ਲਾਏ ਜੀ ਉੱਥੇ ਬਲਾਤਕਾਰ ਹੁੰਦੇ ਸਨ, ਉੱਥੇ ਫਲਾਣਾ ਹੁੰਦਾ ਸੀ, ਲੇਕਿਨ ਬਾਅਦ 'ਚ ਪਤਾ ਲੱਗਿਆ ਕਿ ਜਿਹੜੀ ਇਹ ਬਲਾਤਕਾਰਾਂ ਦੀ ਗੱਲ ਕਰਦੀ ਹੈ ਕਿਉਂ ਕਰਦੀ ਹੈ, ਅਸਲ ਗੱਲ ਹੈ ਕਿ ਜਿਹੜੀਆਂ ਲੜਕੀਆਂ ਉਸ ਟਾਈਮ ਦੇ ਉੱਤੇ ਸਾਡੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਏਜੰਸੀਆਂ ਨੇ ਸਰਕਾਰਾਂ ਨੇ ਭੇਜੀਆਂ ਸੀ ਬੀਜੇਪੀ ਵੱਲੋਂ, ਉਹ ਲੜਕੀਆਂ ਜਿਹੜੀਆਂ ਸੀ ਅਸੀਂ ਫੜ ਕੇ ਤੁਹਾਡੇ ਮੀਡੀਆ ਦੇ ਸਾਹਮਣੇ ਅਸੀਂ ਮੀਡੀਆ 'ਚ ਨਹੀਂ ਲੈਂਦੀਆਂ, ਲੇਕਿਨ ਪਤਾ ਤੁਹਾਨੂੰ ਸਾਰਾ, ਤੁਹਾਨੂੰ ਕਿਹਾ ਸੀ ਵੀ ਫੋਟੋ ਨਾ ਲਓ, ਪੁਲਿਸ ਨੂੰ ਫੜਾਈਆਂ, SHO ਜਿਹੜਾ ਸੀ ਉੱਥੋਂ ਕੁੱਟਲੀ ਵਾਲਾ ਉਹਨੂੰ ਫੜਾਈਆਂ ਵੀ ਇਹਨਾਂ ਲੜਕੀਆਂ ਨੂੰ ਘਰ ਭੇਜ। ਮੈਨੂੰ ਇਹ ਪਤਾ ਲੱਗਾ ਵੀ ਉਹ ਲੜਕੀਆਂ ਜਿਹੜੀਆਂ ਇਸ ਤਰ੍ਹਾਂ ਵੱਧ ਨੀਅਤ ਨਾਲ ਭੇਜੀਆਂ ਸੀ ਵੀ ਉਹਨਾਂ ਲੜਕੀਆਂ ਨਾਲ ਅੰਦੋਲਨ ਦੇ ਵਿੱਚ ਮੁੰਡੇ ਵੀ ਭੇਜੇ ਗਏ ਵੀ ਜਿਹੜੇ ਦੁਸ਼ਕਰਮ ਕਰਨਗੇ ਤੇ ਉਹ ਮੁੜ ਕੇ ਕਿਸਾਨਾਂ ਦੇ ਜੁੰਮੇ ਲਾ ਕੇ ਲਾਲਾ ਲਾਲਾ ਕਰਕੇ ਸਾਡੇ ਅੰਦੋਲਨ ਫੇਰ ਕਰਨਾ। ਉਹ ਲੜਕੀਆਂ ਮੈਨੂੰ ਇਹ ਪਤਾ ਲੱਗਾ ਕਿ ਉਹ ਕੰਗਣਾ ਰਣੌਤ ਨੇ ਭੇਜੀਆਂ ਸੀ ਕਿ ਤਾਂ ਸਾਡੇ ਇਸ ਤਰ੍ਹਾਂ ਸਾਂਸਦ ਹੋ ਕੇ ਬਿਆਨ ਲੱਗਦਾ ਕਿਸਾਨਾਂ ਵੱਲੋਂ ਕੋਈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸਾਨੂੰ ਇਹ ਤੇ ਕੋਈ ਇਹੋ ਜਿਹੇ ਜਿਹੜੇ ਨੇ ਬਹੁਤ ਰੌਲਾ ਪਾਉਂਦੇ ਨੇ, ਸਾਡੀ ਸਿਹਤ ਤੇ ਕੋਈ ਅਸਰ ਨਹੀਂ, ਪਰ ਇਹ ਦੇਸ਼ ਦੇ ਵਿੱਚ ਫਿਰਕੂ ਦੰਗੇ ਕਰਾਉਣਾ ਚਾਹੁੰਦੇ ਨੇ ਤੇ ਮੈਂ ਇਹ ਕਹਾਂਗਾ ਇੱਕ ਉਹਦੀ ਸੋਚ ਆ ਕਿ ਮੈਂ ਪਹਿਲਾਂ ਕਿਸਾਨਾਂ ਦੇ ਖਿਲਾਫ਼ ਸਾਰਿਆਂ ਦੇ ਖਿਲਾਫ਼ ਬੋਲ ਕੇ ਤੇ ਜਿਹੜਾ ਸੀ ਉਹ ਪਾਰਲੀਮੈਂਟ ਦੀ ਜਿਹੜੀ ਸੀ ਉਹ ਟਿਕਟ ਬੀਜੇਪੀ 'ਚ ਲੈ ਲਈ ਤੇ ਉਹ MP ਬਣ ਗਈ, ਹੁਣ ਉਹਨੂੰ ਆ ਵੀ ਜਿੰਨਾ ਵੀ ਜ਼ਿਆਦਾ ਬੋਲੂਗੀ ਤੇ ਮੈਨੂੰ ਜਿਹੜਾ ਉਹ ਮੰਤਰੀ ਮੰਡਲ 'ਚ ਕੁਰਸੀ ਮਿਲ ਜਾਏਗੀ, ਜਿਸ ਕਰਕੇ ਬੋਲ ਰਹੀ ਆ ਤੇ ਇਸ ਕਰਕੇ ਸਾਨੂੰ ਇਹਦੇ ਖਿਲਾਫ਼ ਕਿਹਾ ਨੇ ਤੇ ਇੱਕ ਮੰਗ ਮੈਂ ਜ਼ਰੂਰ ਸਰਕਾਰ ਤੋਂ ਕਰਦਾ ਵੀ ਜੇ ਉਹ ਤੁਹਾਡੇ ਕਹਿਣ ਤੇ ਨਹੀਂ, ਤੁਹਾਡੇ ਨੋਟਿਸ ਦਾ ਅਸਰ ਨਹੀਂ ਤੇ ਫਿਰ ਇੱਕ ਕੰਮ ਕਰ ਦਿਓ ਵੀ ਅੰਮ੍ਰਿਤਪਾਲ ਨੂੰ ਤੇ ਤੁਸੀਂ ਡਿਬਰੂਗੜ੍ਹ ਦੀ ਜੇਲ੍ਹ 'ਚ ਬਿਨਾਂ ਕਿਸੇ ਕਸੂਰ ਤੋਂ ਭੇਜਿਆ। ਡਿਬਰੂਗੜ੍ਹ ਜੇਲ੍ਹ 'ਚ ਤਾਂ ਭੇਜਣ ਵਾਲੀ ਇਹ ਕੰਗਨਾ ਰਣੌਤ ਆ, ਇਹਨੂੰ ਭੇਜੋ ਯਾਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਆਪੇ ਸ਼ਾਂਤੀ ਬਣੀ ਰਹੇਗੀ।